ਬਟਾਸ ਮੰਦਰ ਸੇਵਕ ਕਲੋਨੀ ਪਟਿਆਲਾ ਵਿਖੇ ਸ੍ਰੀ ਰਾਮ ਚਰਿਤ ਮਾਨਸ ਜੀ ਦਾ ਅਖੰਡ ਪਾਠ ਕਰਾਇਆ ਗਿਆ। ਇਸ ਮੌਕੇ ਤੇ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸੰਸਥਾ ਦੇ ਪ੍ਰਧਾਨ ਪ੍ਰਾਣ ਸੱਬਰਵਾਲ ਨੇ ਇਸ ਦੌਰਾਨ ਜਗਜੀਤ ਸਿੰਘ ਦੀ ਦਾ ਵਿਸ਼ੇਸ਼ ਸਨਮਾਨ ਕੀਤਾ। ਰਾਮ ਚਰਿਤ ਮਾਨਸ ਦੇ ਪਾਠ ਉਪਰੰਤ ਭੰਡਾਰਾ ਅਤੁੱਟ ਵਰਤਾਇਆ ਗਿਆ। ਰਾਮਾਇਣ ਫੈਸਟੀਵਲ ਅਸੀਂ ਹਰ ਸਾਲ ਉਹਨਾਂ ਦੀ ਕਿਰਪਾ ਦੇ ਨਾਲ ਕਰਦੇ ਹਾਂ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਹਦੇ ਵਿੱਚ ਨਾ ਸਿਰਫ ਸਾਡੇ ਪਰਿਵਾਰ ਸੱਭਰਵਾਲ ਪਰਿਵਾਰ, ਸਾਡਾ ਸਹਿਗਲ ਸ਼ਾਹੀ ਪਰਿਵਾਰ, ਕਹੇੜ ਪਰਿਵਾਰ, ਦੂਰੋਂ ਦੁਰਾਡਿਓਂ ਸਾਡੇ ਪੂਜ ਪਿਤਾ ਜੀ ਭਗਤ ਮੁਨਸ਼ੀ ਰਾਮ, ਉਹਨਾਂ ਦੇ ਘਰ ਵਾਲੀ ਮੇਰੀ ਮਾਤਾ ਸੁਣ ਦੇਈ, ਇਹ ਭਗਤਾਂ ਦਾ ਪਰਿਵਾਰ ਔਰ ਉਹਨਾਂ ਦੀ ਕਿਰਪਾ ਨਾਲ ਕਰਦੇ ਹਾਂ। ਸਾਡੇ ਜਗਜੀਤ ਸਿੰਘ ਦਰਦੀ ਸਾਹਿਬ ਮੇਰੇ ਪੈਟਰਨ ਵੀ ਨੇ ਸਾਡੀ ਸੁਸਾਇਟੀ ਦੇ, ਉਹ ਭਾਵੇਂ ਜਿੱਥੇ ਵੀ ਬੈਠੇ ਹੋਣ ਸਾਡੇ ਨਾਲ ਹੁੰਦੇ ਆ। ਮੈਂ ਟਾਈਮ ਟੀ ਵੀ ਦਾ ਵੀ ਚੜ੍ਹਦੀ ਕਲਾ ਪਬਲੀਕੇਸ਼ਨ ਦਾ ਕਿ ਉਹਨਾਂ ਨੇ ਚੇਂਜ ਕਰਕੇ ਸਾਨੂੰ ਸਾਰੇ ਸ਼ਹਿਰ ਨਾਲ ਮਿਲਾਇਆ।